ਨਿਰਪਮੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਆਪ ਵਡਭਾਗੀ ਹੋ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸਰਗੁਣ ਸਰੂਪ ਦਸਵੇਂ ਗੁਰੂ ਨਾਨਕ
Shri Guru Gobind Singh Sahib Ji Maharaj ne Taram Chalavan Sant Ubaran Dusht Saban Ko Mool Uparan De Vaaste Avtar Tarya Apna Aap Prakash Kita Os Pavan Takhat Shri Harimandir Ji Patna Sahib Sachkhand Darbar Diyan Aap Hajriyan Parde Hoye Apna Lok Parlok Suhela Bana Rahe Ho Satguru Maharaj Ji Diyan Khushiyan Prapat Kar Rahe Ho Ehi Vadiyan Pagan Di Nishani Hai Ate eh sab Satguru Maharaj Ji di Bakshish Rehmat da Sadka hai. Ladi war Gur Tihas di Katha chal rahi hai. Shri Guru Gobind Singh Sahib Ji Maharaj Pauta Sahib Vikhe Biraj Maan Han Peem Chand Kahluriya Apne Ladke Di Barat Nal Bohut Sare Pahadi Raje Tiona Diyan Fauja De Samet Pauta Sahib To Do Ko Piche Dera Lagaya Sadguru Ji Bare Pata Lagya Vajir Nu Pijya Ke Sadguru Ji Nu Kaho Rasta Chhaddein Te Apne Nagar Anandpur Sahib Jaake Nivas Karan Je Is Tarah Aap Nahi Karoge Te Bohut Vadda Jhagda Ho Sakda Hai ਜਦੋਂ ਵਜ਼ੀਰ ਨੇ ਆ ਕੇ ਸਾਰੀ ਵਾਰਤਾ ਕਹੀ ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਤਿਆਰ ਬੈਠੇ ਹਾਂ ਜੰਗ ਦੇ ਵਾਸਤੇ ਤੇ ਜਿਹੜੀ ਰੜਕ ਹੈ ਉਹਨਾਂ ਦੀ ਉਹ ਕੱਢ ਲੈਣ ਅਸੀਂ ਇਧਰੋਂ ਨਹੀਂ ਲੰਘਣ ਦੇਣਾ ਇਹ ਜਦੋਂ ਵੇਖਿਆ ਰੁਖ ਸਤਿਗੁਰੂ ਜੀ ਦਾ ਤਾਂ ਵਾਪਸ ਗਿਆ ਹੈ ਅੱਗੇ ਹੁਣ ਸਾਰੇ ਰਾਜੇ ਅਡੀਕਦੇ ਸਨ ਵੀ ਪਤਾ ਨਹੀਂ ਕੀ ਹੋਏਗਾ ਭੀਮ ਚੰਦ ਚਾਹੁੰਦਾ ਹੈ ਵੀ ਜੰਗ ਨਾ ਹੋਵੇ ਜੇ ਜੰਗ ਹੋਇਆ ਤੇ ਪਤਾ ਨਹੀਂ ਕਿਹੜਾ ਕੋਈ ਰਿਸ਼ਤੇਦਾਰ ਨਜ਼ਦੀਕੀ ਮਾਰਿਆ ਜਾਵੇ ਜਿਹੜੀ ਖੁਸ਼ੀ ਹੈ ਉਹ ਗਮੀ ਵਿੱਚ ਬਦਲ ਜਾਏਗੀ ਇਸ ਲਈ ਕੋਈ ਐਸਾ ਰਸਤਾ ਹੋਵੇ ਵੀ ਕਿਸੇ ਤਰ੍ਹਾਂ ਛਲ ਕਪਟ ਦੇ ਨਾਲ ਉਹ ਸਾਨੂੰ ਰਾਹ ਦੇ ਦੇਣ ਤੇ ਫਿਰ ਅਸੀਂ ਜੰਗ ਤਾਂ ਉਹਨਾਂ ਨਾਲ ਕਰਨਾ ਹੀ ਹੈ ਵਿਆਹ ਤੋਂ ਬਾਅਦ ਫਤਿਹ ਸ਼ਾਹ ਨੂੰ ਨਾਲ ਲੈ ਕੇ ਜੰਗ ਕਰਾਂਗੇ ਤੇ ਤਕੜਾ ਜੰਗ ਕਰਾਂਗੇ ਸਾਰੇ ਬਾਈ ਧਾਰ ਦੇ ਰਾਜੇ ਇਕੱਠੇ ਹੋ ਕੇ ਹਮਲਾ ਬੋਲਾਂਗੇ ਇਸ ਤਰ੍ਹਾਂ ਮਨ ਅੰਦਰ ਤਾਂ ਹੋਰ ਹੈ ਖੋਟ ਪਰ ਉਤੋਂ ਉਤੋਂ ਜੋ ਗੱਲਾਂ ਹਨ ਉਹ ਪ੍ਰੇਮ ਦੀਆਂ ਕਰਦੇ ਹਨ ਹੁਣ ਅੰਤਰਜਾਮੀ ਸਤਿਗੁਰੂ ਮਹਾਰਾਜ ਦੇ ਅੱਗੇ ਕਿਸੇ ਦਾ ਛਲ ਕਪਟ ਚੱਲ ਨਹੀਂ ਸਕਦਾ ਵਜ਼ੀਰ ਨੇ ਵੇਖਿਆ ਹੈ ਵੀ ਬਹੁਤ ਵੱਡੀ ਗਿਣਤੀ ਵਿੱਚ ਫੌਜਾਂ ਹਨ ਘੋੜਿਆਂ ਦਾ ਤਬੇਲਾ ਬਹੁਤ ਵੱਡਾ ਵੇਖਿਆ ਥਾਂ ਥਾਂ ਤੇ ਸੂਰਮੇ ਸ਼ਸਤਰ ਧਾਰੀ ਵਿਚਰ ਰਹੇ ਹਨ ਸਭ ਦੇ ਅੰਦਰ ਬੜਾ ਜੰਗ ਦਾ ਉਤਸ਼ਾਹ ਹੈ ਇਹ ਵੇਖ ਕਰਕੇ ਜਦੋਂ ਪਹੁੰਚਿਆ ਜਿੱਥੇ ਪਹਾੜੀ ਰਾਜੇ ਸਨ ਉੱਥੇ
ਅਗਲੀ ਵਿਚਾਰ ਸਰਵਣ ਕਰੀਏ ਦੋਹਰਾ ਭੀਮ ਚੰਦ ਸੁਧ ਗੁਰੂ ਕੀ ਕਰਤ ਪ੍ਰਤੀਖਣ ਚੀਤ। ਸੋ ਭੀਮ ਚੰਦ ਸਤਿਗੁਰੂ ਮਹਾਰਾਜ ਦੀ ਖਬਰ ਦੇ ਬਾਰੇ ਦਿਲ ਅੰਦਰ ਉਡੀਕ ਕਰ ਰਿਹਾ ਹੈ। ਗਮਨਿਓ ਸਿਗਰ ਟੁਕਾਓ ਹਿਤ ਮਿਲ ਹੈ ਅਨਕ ਨਿਰਪਮੀਤ। ਸੋ ਸੋਚਦਾ ਹੈ ਵੀ ਰਾਹ ਮਿਲ ਜਾਵੇ ਛੇਤੀ ਅਸੀਂ ਸਿੱਧੇ ਰਸਤੇ ਟੁਕਾ ਦੇ ਵਾਸਤੇ ਪਹੁੰਚਾਂਗੇ, ਕਿਉਂਕਿ ਬਹੁਤ ਸਾਰੇ ਮੇਰੇ ਮਿੱਤਰ ਪਹਾੜੀ ਰਾਜੇ ਨਾਲ ਹਨ। ਚੋਪਈ ਉਤਰ ਤੁਰੰਗ ਤਤਕਾਲ ਵਜ਼ੀਰ। ਜਦੋਂ ਵਜ਼ੀਰ ਘੋੜੇ ਤੋਂ ਹੇਠਾਂ ਉਤਰਿਆ ਪਹੁੰਚਿਓ ਚਲ ਗਿਰ ਪਤ ਕੇ ਤੀਰ। ਇਸ ਤਰ੍ਹਾਂ ਫਿਰ ਭੀਮ ਚੰਦ ਦੇ ਕੋਲ ਪਹੁੰਚ ਗਿਆ। ਮੁਸਕਾਵਤ ਮੁਖ ਨਿਕਟ ਬਿਠਾਰਾ। ਸੋ ਮੁਸਕਰਾਉਂਦਿਆਂ ਹੋਇਆ ਭੀਮ ਚੰਦ ਨੇ ਕੋਲ ਬਿਠਾਇਆ। ਕਹੋ ਕਹਾਂ ਸਤਿਗੁਰੂ ਉਚਾਰਾ। ਕਹਿੰਦਾ ਦੱਸ ਸਤਿਗੁਰੂ ਨੇ ਕੀ ਕਹਿਆ। ਸੁਣ ਮੰਤਰੀ ਕਰ ਜੋਰ ਬਖਾਨਾ। ਸੁਣ ਕੇ ਮੰਤਰੀ ਹੱਥ ਜੋੜ ਕੇ ਬੋਲਿਆ ਕਲਗੀਧਰ ਤੁਮਰੋ ਛਲ ਜਾਨਾ। ਕਿਹਾ ਵੀ ਕਲਗੀਧਰ ਪਾਤਸ਼ਾਹ ਤੁਹਾਡਾ ਛਲ ਜੋ ਤੁਸੀਂ ਕਹਿੰਦੇ ਹੋਰ ਹੋ ਚਾਹੁੰਦੇ ਹੋਰ ਹੋ ਜਾਣ ਗਏ। ਆਪਣੋ ਅਰਥ ਹੇਤ ਬਨ ਮੀਤਾ। ਸੋ ਉਹਨਾਂ ਨੂੰ ਪਤਾ ਹੈ ਵੀ ਤੁਸੀਂ ਅੰਦਰੋਂ ਸਾਡੇ ਮਿੱਤਰ ਨਹੀਂ, ਉੱਤੋਂ ਮਤਲਬ ਦੇ ਵਾਸਤੇ ਥੋੜੇ ਸਮੇਂ ਵਾਸਤੇ ਤੁਸੀਂ ਦਿਖਾਵੇ ਦੇ ਮਿੱਤਰ ਬਣਨਾ ਚਾਹੁੰਦੇ ਹੋ। ਹੁਣ ਤਦ ਛਿਣ ਹੋ ਵਤ ਵਿਪਰੀਤਾ। ਜਦੋਂ ਤੁਹਾਡਾ ਕੰਮ ਨਿਕਲ ਗਿਆ ਫਿਰ ਤੁਸੀਂ ਦੁਸ਼ਮਣ ਬਣ ਜਾਓਗੇ। ਸਾਹਿਬ ਕਰਾਮਾਤ ਗੁਰਪੂਰਾ। ਸੋ ਤਾਂ ਪੂਰਨ ਸਤਿਗੁਰੂ ਕਰਾਮਾਤਾਂ ਦੇ ਮਾਲਕ ਹਨ। ਕਿਮ ਪੁੱਜ ਸਕ ਹੈ ਤੈਨੂੰ ਢਿੱਗ ਕੂਰਾ। ਉਹਨਾਂ ਦੇ ਅੱਗੇ ਝੂਠ ਕਿਸੇ ਤਰ੍ਹਾਂ ਪੁੱਜ ਨਹੀਂ ਸਕਦਾ। ਕਹੀ ਜਾਏ ਕਰ ਅਧਿਕ ਪ੍ਰਸੰਸਾ। ਇਸ ਤਰ੍ਹਾਂ ਬਹੁਤ ਜਦੋਂ ਵਡਿਆਈ ਕੀਤੀ ਮੈਂ ਜਾ ਕਰਕੇ। ਸੁਣ ਕਰ ਸੋਡ ਬੰਸ ਅਵਤੰਸਾ। ਸੋਡੇ ਬੰਸ ਦੇ ਸ਼੍ਰੋਮਣੀ ਸਤਿਗੁਰੂ ਜੀ ਸੁਣ ਕਰਕੇ ਕਪਟ ਸਮੇਤ ਜਾਣ ਨਹਿ ਮਾਨੀ। ਸੋ ਕਪਟ ਸਮੇਤ ਜਾਣ ਕੇ ਮੇਰੀ ਗੱਲ ਉਹ ਨਹੀਂ ਮੰਨੇ। ਭਰੀ ਵੀਰ ਰਸ ਗਿਰਾ ਬਖਾਨੀ। ਵੀਰ ਰਸ ਦੇ ਵਿੱਚ ਭਰੇ ਹੋਏ ਉਹਨਾਂ ਨੇ ਬਚਨ ਬੋਲੇ। ਇਸ ਮਗ ਮਹਿਨ ਉਲੰਘਣ ਦੈ ਹੋ। ਇਸ ਰਸਤਿਓ ਅਸੀਂ ਲੰਘਣ ਨਹੀਂ ਦਿਆਂਗੇ। ਰੋਕ ਬਿਲੋਕਤ ਸੋਕ ਉਪੈ ਹੋ। ਅਸੀਂ ਰੋਕਾਂਗੇ, ਜੇ ਅੱਗੇ ਵਧਣਗੇ ਫਿਰ ਉਹਨਾਂ ਨੂੰ ਮਾਰ ਮਾਰ ਕੇ ਉਹਨਾਂ ਨੂੰ ਸੋਕ ਪੈਦਾ ਕਰਾਂਗੇ। ਜੇ ਗਿਰ ਪਤਨ ਬਿਖੈ ਬਲ ਭਾਰੀ। ਜੇ ਤੇਰੇ ਪਹਾੜੀ ਰਾਜਿਆਂ ਵਿੱਚ ਕੋਈ ਜ਼ੋਰ ਤਾਕਤ ਹੈ। ਦਲ ਸਕੇਲ ਚਲ ਆਓ ਅਗਾਰੀ। ਫਿਰ ਛੇਤੀ ਕਰੋ ਫੌਜਾਂ ਇਕੱਠੀਆਂ ਕਰਕੇ ਅੱਗੇ ਵਧੋ ਤੇ ਆ ਜਾਓ ਇੱਧਰ। ਬਿਗਰੇ ਰਹੋ ਆਨੰਦਪੁਰ ਜਬ ਕੇ। ਜਦੋਂ ਦਾ ਤੁਸੀਂ ਆਨੰਦਪੁਰ ਵਗਾ ਪੈਦਾ ਕੀਤਾ ਲਰਬੇ ਤਿਆਰ ਹੈ ਹਮ ਤਬ ਕੇ। ਅਸੀਂ ਤਾਂ ਉਦੋਂ ਤੋਂ ਹੀ ਤੁਹਾਡੇ ਨਾਲ ਜੰਗ ਵਾਸਤੇ ਤਿਆਰ ਬੈਠੇ ਹਾਂ। ਜੰਗ ਖੇਤ ਅਬਲਾਖਾ ਰਾਖੀ। ਅਸੀਂ ਤਾਂ ਜੰਗ ਦੀ ਬਹੁਤ ਇੱਛਾ ਰੱਖੀ ਹੋਈ ਹੈ। ਗੁਰਬ ਅਬ ਹੈ ਆਨ ਗੁਰ ਪਾਖੀ। ਸੋ ਛੇਤੀ ਆਓ ਹੁਣ ਸਾਡੀ ਇੱਛਾ ਪੂਰੀ ਕਰੋ। ਕਰਨ ਸੰਧ ਕੋ ਕਾਜ ਨ ਕੋਈ। ਤੁਹਾਡੇ ਵਰਗੇ ਛਲ ਕਪਟ ਵਾਲਿਆਂ ਦੇ ਨਾਲ ਸੁਲਾ ਕਰਨੀ ਇਹ ਹੋ ਨਹੀਂ ਸਕਦੀ। ਬਨ ਹੈ ਮਿਲੇ ਗਣ ਸਸਰਣ ਸੋਈ। ਤੁਹਾਡੇ ਨਾਲ ਤਾਂ ਸਸਤਰਾਂ ਦੇ ਨਾਲ ਹੀ ਮੇਲ ਹੋਏਗਾ। ਖਰੇ ਪੰਜ ਸੈ ਸੁਬਟ ਅਗਾਰੀ। 500 ਸੂਰਮੇ ਅਸੀਂ ਅੱਗੇ ਖੜੇ ਕੀਤੇ ਹਨ। ਕਰ ਹੈ ਪ੍ਰਤੀਖਣ ਤੁਮ ਅਸਵਾਰੀ। ਸੋ ਜਿਵੇਂ ਤੁਸੀਂ ਅੱਗੇ ਵਧੋਗੇ ਉਸੇ ਵਕਤ ਉਹਨਾਂ ਦਾ ਹਮਲਾ ਹੋ ਜਾਏਗਾ, ਇਧਰੋਂ ਸਾਡੀ ਫੌਜ ਪਹੁੰਚ ਜਾਏਗੀ। ਗੁਰਦਲ ਮੈਂ
ਬਿਲਮ ਰਤੀਕੀ ਸੋ ਵਜ਼ੀਰ ਕਹਿੰਦਾ ਵੀ ਗੁਰੂ ਦੀ ਫੌਜ ਵਿੱਚ ਜਰਾ ਵੀ ਦੇਰ ਨਹੀਂ ਚਾਹੇ ਪਿਖਣ ਤੁਮ ਚਮੂ ਗਤੀ ਕੀ ਸੋ ਤੁਹਾਡੀ ਫੌਜ ਦੀ ਚਾਲ ਉਹ ਵੇਖਣਾ ਚਾਹੁੰਦੇ ਹਨ ਭੀਮ ਚੰਦ ਸੁਣ ਚਿੰਤ ਵਿਸਾਲਾ ਇਹ ਸੁਣ ਕੇ ਭੀਮ ਚੰਦ ਨੂੰ ਬੜੀ ਚਿੰਤਾ ਹੋ ਗਈ ਪਰੇ ਉਹ ਵਿਘਨ ਕਿਮ ਹੋਏ ਨਾ ਟਾਲਾ ਸੋਚਦਾ ਹੈ ਵੀ ਇਹ ਤਾਂ ਬੜਾ ਵਿਘਨ ਪੈ ਗਿਆ ਹੁਣ ਟਾਲਾ ਕਿਵੇਂ ਹੋਵੇ ਵਿਆਹ ਦਿਵਸ ਅਬ ਨਾ ਅਬ ਆਏ ਨਜ਼ੀਕਾ ਵਿਆਹ ਦਾ ਦਿਨ ਹੁਣ ਬਹੁਤ ਨੇੜੇ ਆ ਗਿਆ ਪਰ ਹੈ ਜੰਗ ਬੜ ਹੋਏ ਨਾ ਠੀਕਾ ਜੇ ਜੰਗ ਹੋਵੇ ਤੇ ਜੰਗ ਵੱਡਾ ਹੋਏਗਾ ਫਿਰ ਇਹ ਗੱਲ ਠੀਕ ਨਹੀਂ ਹੋਏਗੀ ਅਬਰ ਪੰਥ ਜੈ ਵੇਖੋ ਨਾਹੀ ਹੋਰ ਕੋਈ ਰਸਤਾ ਨਹੀਂ ਹੈ ਇਥੋਂ ਜਾਣ ਦਾ ਜੇ ਕੋ ਇਹ ਦੂਰ ਕੋ ਜਾਹੀ ਜੇ ਕੋ ਰਸਤਾ ਹੈ ਵੀ ਤੇ ਬੜੀ ਦੂਰੋਂ ਵੱਲ ਪਾ ਕੇ ਹੋਏਗਾ ਬਿਤ ਜੈ ਹੈ ਸਾਹੇ ਕੋ ਸਮੇਂ ਵਿਆਹ ਦਾ ਜਿਹੜਾ ਸਮਾਂ ਹੈ ਉਹ ਬੀਤ ਜਾਏਗਾ ਆਨ ਬਣੀ ਅਸਮੰਜਸ ਹਮੈ ਇਹੋ ਜਿਹੀ ਅਣਬਣ ਜਿਹੀ ਗੱਲ ਬਣ ਗਈ ਸਾਡੇ ਵਾਸਤੇ ਚਿਤਵਤ ਗਿਰਪਤ ਸਕਲ ਬੁਲਾਏ ਇਹ ਸੋਚਦਿਆਂ ਹੋਇਆ ਸਾਰੇ ਪਹਾੜੀ ਰਾਜੇ ਸੱਦੇ ਕਰ ਆਦਰ ਨਿਜ ਨਿਕਟ ਬਿਠਾਏ ਬੜਾ ਆਦਰ ਕਰਦਿਆਂ ਹੋਇਆ ਕੋਲ ਬਿਠਾਇਆ ਮਿਲ ਮਸਲਤ ਕੀ ਜਹੈ ਅਬ ਕੈਸੇ ਕਹਿੰਦੇ ਹੁਣ ਮਿਲ ਕੇ ਸਲਾਹ ਕਰੋ ਕੀ ਕਰੀਏ ਸਮਧੀ ਸਦਨ ਪਹੁੰਚ ਹੈ ਜੈਸੇ ਸੋ ਕੁੜਮਾਂ ਦੇ ਘਰ ਆਪਾਂ ਕਿਵੇਂ ਪਹੁੰਚੀਏ ਗੁਰੂ ਕੰਨੇ ਤੇ ਇਹ ਸੁਧ ਆਈ ਸਤਿਗੁਰੂ ਮਹਾਰਾਜ ਵੱਲੋਂ ਤਾਂ ਇਹ ਖਬਰ ਆਈ ਹੈ ਦੇਤ ਨਾ ਮਗ ਦਿਡ ਹੇਤ ਲੜਾਈ ਉਹ ਤਾਂ ਲੜਾਈ ਵਾਸਤੇ ਤਿਆਰ ਹਨ ਰਸਤਾ ਨਹੀਂ ਦੇਣਗੇ ਸੁਨ ਸੈਲਿੰਦਰਨ ਕਰ ਹੰਕਾਰ ਇਹ ਸੁਣ ਕੇ ਪਹਾੜੀ ਰਾਜੇ ਬੜਾ ਹੰਕਾਰ ਕਰਦੇ ਹੋਏ ਸਭ ਹਿਨ ਧੀਰਜ ਹੇਤ ਉਚਾਰਾ ਸੋ ਸਾਰਿਆਂ ਨੇ ਹੌਸਲੇ ਵਾਸਤੇ ਬੋਲਿਆ ਕਹਾਂ ਤ੍ਰਾਸ ਚਿਤ ਮੈਂ ਤੁਮ ਕੀਨੋ ਕਿਹਾ ਭੀਮ ਚੰਦ ਤੂੰ ਆਪਦੇ ਦਿਲ ਅੰਦਰ ਗੁਰੂ ਤੋਂ ਕਿਉਂ ਡਰਦਾ ਹੈ ਕਿਤੋਂ ਕਟਕ ਇਕੱਤਰ ਕਰ ਲੀਨੋ ਇੱਡੀ ਵੱਡੀ ਲੱਖਾਂ ਦੀ ਗਿਣਤੀ ਵਿੱਚ ਫੌਜ ਆਪਾਂ ਇਕੱਠੀ ਕਰੀ ਹੋਈ ਹੈ ਸੂਧੇ ਗਮ ਨਹਿ ਪੰਥ ਮਜਾਰੇ ਸੋ ਅਸੀਂ ਸਿੱਧੇ ਹੀ ਜਾਵਾਂਗੇ ਬਨ ਅਰ ਅਰ ਹੈ ਜੇ ਆਏ ਅਗਾਰੇ ਸੋ ਜੇ ਗੁਰੂ ਦੁਸ਼ਮਣ ਬਣ ਕੇ ਅੱਗੇ ਅੜੇਗਾ ਅਸੀਂ ਵੀ ਅੜਾਂਗੇ ਬੀਨ ਬੀਨ ਹਮ ਸੁਪਟ ਬਟੋਰੈ ਅਸੀਂ ਤਾਂ ਚੁਣ ਚੁਣ ਕੇ ਵਧੀਆ ਸੂਰਮੇ ਇਕੱਠੇ ਕਰਕੇ ਲਿਆਏ ਹਾਂ ਤਗੜੇ ਹੇਲ ਘਾਲ ਰਿਪ ਉਪਰ ਦੌਰੈ ਜਿਹੜੇ ਇੱਕ ਵਾਰ ਹੀ ਹੱਲਾ ਕਰਕੇ ਦੁਸ਼ਮਣ ਤੇ ਦੌੜਨਗੇ ਸਭਨ ਧਕਾਵ ਹੈ ਕਰ ਹੈ ਕਿਨਾਰੇ ਸੋ ਗੁਰੂ ਕੀ ਫੌਜ ਨੂੰ ਧੱਕ ਕੇ ਇੱਕ ਕਿਨਾਰੇ ਸਾਡੇ ਸੂਰਮੇ ਕਰ ਦੇਣਗੇ ਡਿਡ ਹਵੇ ਕਰੈ ਰਹਿ ਬਲ ਭਾਰੇ ਇਹ ਬੜੇ ਬਲਵਾਨ ਤੇ ਮਜ਼ਬੂਤ ਹਨ ਪੱਕੇ ਹੋ ਕੇ ਰਹਿਣਗੇ ਗੁਲਕਾ ਸਲਖਨ ਮਾਰ ਤੱਕਹੀ ਤੁਰੰਤ ਹੀ ਗੋਲੀਆਂ ਚੱਲਣਗੀਆਂ ਰਿਪ ਬਹੀਰ ਪਰ ਆਏ ਨਾ ਸਕਹੀ ਸੋ ਦੁਸ਼ਮਣ ਜੋ ਹੈ ਗੋਲੀਆਂ ਦੀ ਬੌਛਾੜ ਦੇ ਅੱਗੇ ਠਹਿਰ ਨਹੀਂ ਸਕੇਗਾ ਸਨੇ ਸਨੇ ਮਗ ਉਲੰਘ ਸਾਰੇ ਹੌਲੀ ਹੌਲੀ ਆਪਾਂ ਸਾਰਾ ਰਸਤਾ ਲੰਘਾਂਗੇ ਚੜਨੋ ਕਾ ਜਮੁਨਾ ਪਰ ਪਾਰੇ ਸੋ ਬੀੜੀਆਂ ਤੇ ਅਸਵਾਰ ਹੋ ਕੇ ਜਮੁਨਾ ਪਾਰ ਕਰਾਂਗੇ ਜਬ ਸਮਾਜ ਪਰ ਲੈ ਹੋਏ ਕੂਲ ਜਦੋਂ ਸਾਡੀ ਬਰਾਤ ਸਾਰੀ ਪਾਰ ਲੰਘ ਜਾਏਗੀ ਪਰਲੇ ਕਿਨਾਰੇ ਦੇ ਕਰ ਇੱਕ ਬਾਰ ਦਲ ਹੂਲ ਜਦੋਂ ਬਰਾਤ ਲੰਘ ਗਈ ਫਿਰ ਅਸੀਂ ਫੌਜ ਨੂੰ ਹੁਕਮ ਦਿਆਂਗੇ ਵੀ ਇੱਕ ਵਾਰ ਹੀ ਗੁਰੂ ਦੇ ਡੇਰੇ ਤੇ ਹੱਲਾ ਬੋਲੋ ਡੇਰੇ ਮਹਿਤਬ ਕਰੀਏ ਛੂਟ ਅਸੀਂ ਫਿਰ ਛੁੱਟ ਕਰ ਦਿਆਂਗੇ ਜੋ ਜਿਹੜਾ ਲੁੱਟ ਲਏਗਾ ਉਸੇ ਦਾ ਹੋਏਗਾ ਸਸਤਰ ਬਸਤਰ ਤਨ ਲੀਜਹਿ ਲੂਟ ਗੁਰੂ ਦੇ ਡੇਰੇ ਦੇ ਸਸਤਰ ਬਸਤਰ ਧਨ ਸਾਰਾ ਲੁੱਟ ਲਵੋ ਦਲ ਬਲ ਤੇ ਗੁਰਸੈਨ ਹਟਾਏ ਇਸ ਤਰ੍ਹਾਂ ਫਿਰ ਫੌਜ ਦੀ ਤਾਕਤ
नाल गुरु दी फौज नू हटा देंगे। लूटत चल है निशान बजाए, इस तरह गुरु दा डेरा लुट के नगारे वजाउंदे चलांगे। इम जसवाल केसरी चंद, इस तरह जसो वालिया ते केसरी चंद भीम चंद दा जो साला है। कहयो गोपाल गुलेन नरिंद, गोपाल गुलेरिया ए राजे बोले। सांग कृपाल कटोचन आद, सो कृपाल कटोचिया भी नाल है इना दे। भयो परस पर चलन संवाद, इस तरह सारिया विच सलाह हुई भी आपा चलिए हुन अगे। भीम चंद सतगुरु को जान है, भीम चंद सतगुरु जी नू जानदा है। आयुध धारी वीर पछान है, बहुत वड्डे ओ शस्त्र धारी सूर वीर योधे हन। नहलरवे की मसलत मानी, लड़ाई वाली गल भीम चंद ने नहीं मनी। नह आछी दुख दान महानी, कहन लग्या भी ए गल चंगी नहीं, ए दुखदाई होएगी। कहो वजीर उलंघन की बात, यह वजीर हुन तू दस भी किवें लंघिया जावे। किम रह आए ब्याह की बात, ते ब्याह दी साडी गल भी किवें रह सकदी है। गुर टिक दल के तक मिल गयो, किन्नी कु फौज गुरु दे कोल होएगी। किम ठकुराई ठानत पयो, उना दी बहादरी सरदारी तू किवें वेखी जाके। तुम मत मह आवत को कैसे, तेरी हुन मत की आंदी है, तू की सलाह देना है। विघन न पर है आन कर जैसे, एहो जी सलाह दे भी जिदे नाल कोई विघन ना होवे। सुनत बैन प्रधान बखाना, सुन करके वजीर बोलिया। सब गिरंदर तुम बहु बुद्धवान, यहाँ भी तुसे सारे ही पहाड़ी राजे बड़े सियाने हो। निकट चमू पी अह महाना, सो तुहाडे कोल पावे फौज भी बहुत वड्डी है। तहू ना हो बहु गुरु समाना, फिर भी तुसी गुरु दी बराबरी नहीं कर सकोगे। लाख हो नमर होए नर पायन, सो जिथे लखा ही लोक रोजाना ओना दे चरना ते नमस्कारा कर दे हान। आन है अर्प है अनेक उपायन, लिया करके अनेका पेटावा अर्पण कर दे हान। श्री नानक की गादी साथ, गुरु नानक दे महाराज दी गद्दी दे नाल। किम समसरता होए गिरनाथ, सो अपनी पहाड़ी राजियां दी किवें बराबरी होएगी। अब आनंदपुर ते सो गुना, सो हुन उना दे कोल फौज जिन्नी आनंदपुर सी उस तो सौ गुणा ज्यादा है। दल प्रताप बाडे ओ अतकना, फौज दा प्रताप भी बहुत वध गया। सुपट शास्त्र जुत जित कित खरे, जिधर किधर मैं वेखिया भी सूर में शस्त्र धारी खलोते हुए। पुष्ट तुरंगम गन बल परे, ते घोड़े भी बड़े तगड़े बड़े ताकतवर वेखे। अत उत्साह चमू बहुत दीखा, सारी फौज अंदर जंग दा मैं बड़ा उत्साह वेखिया। लड़ कर कोई ना बने सरीखा, सो लड़के ओना दी बराबरी कोई नहीं कर सकेगा। जमना तटलो देह न जाने, सो तुसी कहिंदे हो जमना पार हो जांगे, ओना ता जमना दे किनारे भी तुहानू नहीं पहुंचन देना। वध है अगाऊ कर कमसाने, सो अगे वध के ओ कमसान जंग करनगे। किम तिन को लूटन तुम चाहा, ते लुटन दी गल तुसी सोच किवें लई। रात दिवस जिन लरन उमाह, जिन रात जिन्ना नु जंग दा उत्साह है। तन हंकार ना कीज है ऐसे, इस करके राजियो तुसी तन दा हंकार ना करो। पश्चाताप बिसूर हो जैसे, नहीं ता मगरों बहुत पछताउना ते चुरना पवेगा। मैं देखी सब रीत विचारी, मैं हर तरह करके विचार के वेख लिया। गुरु न उलंघन देह अगारी, गुरु तुहानू
ਦਰਿਆ ਜਮਨਾ ਨਹੀਂ ਲੰਘਣ ਦੇਗਾ ਕਿਸ ਵਿਦਹੋ ਤੇ ਸਾਮਤਾ ਨਾਹੀ ਕਿਸੇ ਤਰ੍ਹਾਂ ਵੀ ਤੁਸੀਂ ਬਰਾਬਰੀ ਨਹੀਂ ਕਰ ਸਕੋਗੇ ਦਰਬੇ ਵਿਜੈ ਨਹੀਂ ਰਣ ਮਾਹੀ ਜੇ ਲੜੋਗੇ ਤੇ ਜੰਗ ਵਿੱਚ ਤੁਹਾਨੂੰ ਜਿੱਤ ਕਦੀ ਨਹੀਂ ਮਿਲੇਗੀ ਹੋਰ ਉਪਾਵ ਏਕ ਮੈਂ ਜਾਣਾ ਵਜ਼ੀਰ ਕਹਿੰਦਾ ਇੱਕ ਉਪਾਅ ਮੈਂ ਹੋਰ ਸੋਚਿਆ ਦੂਲੋ ਇਸ ਮਗ ਕਰ ਪਿਆਨਾ ਮੈਂ ਇਹ ਸੋਚਿਆ ਹੈ ਵੀ ਇਕੱਲੇ ਲਾੜੇ ਨੂੰ ਇਹ ਸਿੱਧੇ ਰਸਤੇ ਆਪਾਂ ਭੇਜ ਦੇਈਏ ਇੱਕ ਦੋ ਸੇਵਕ ਲੈ ਕਰ ਸੰਗ ਇੱਕ ਦੋ ਸੇਵਕ ਨਾਲ ਲੈ ਕਰਕੇ ਸਨਮੁਖ ਗਮਨੇ ਉਹ ਜਾਏ ਨਿਸੰਗ ਸੋ ਬੇਫਿਕਰ ਹੋ ਕੇ ਸਾਹਮਣੇ ਚਲਾ ਜਾਵੇ ਵਿਆਹ ਸਮੇਂ ਪਹੁੰਚੈ ਸਸੁਰਾਰੇ ਹਾਂਜੀ ਵਿਆਹ ਸਮੈਂ ਪਹੁੰਚੈ ਸਸੁਰਾਰੇ ਸੋ ਜੇ ਇਸ ਤਰ੍ਹਾਂ ਕੀਤਾ ਜਾਵੇ ਤੇ ਵਿਆਹ ਦੇ ਸਮੇਂ ਸਿਰ ਸੋ ਲਾੜਾ ਜਿਹੜਾ ਹੈ ਉਹ ਸਹੁਰੇ ਪਹੁੰਚ ਜਾਏਗਾ ਫਿਰ ਫਿਰ ਹੈ ਕਾਜ ਕੋ ਸਾਰੇ ਉੱਥੇ ਫਿਰ ਜਿਹੜਾ ਕਾਰਜ ਹੈ ਫੇਰਿਆਂ ਦਾ ਉਹ ਹੋ ਜਾਏਗਾ ਅਪਰ ਜਾਏ ਸਭ ਮਾਰਗ ਦੂਜੇ ਸੋ ਬਾਕੀ ਤੁਸੀਂ ਸਾਰੇ ਹੀ ਜਿਹੜਾ ਦੂਰੋਂ ਰਸਤਾ ਹੈ ਉਧਰੋਂ ਜਾਵੋ ਸਨੇ ਸਨੇ ਚੱਲ ਕੇ ਤਹਿ ਪੂਜੇ ਸੋ ਹੌਲੀ ਹੌਲੀ ਚੱਲ ਕੇ ਉੱਥੇ ਪਹੁੰਚ ਜਾਣਾ ਆਛੋ ਯਤਨ ਹੈ ਇੱਕ ਇਹੀ ਠੀਕ ਯਤਨ ਹੋਵੇਗਾ ਅਪਰ ਵਿਧੀ ਉਰ ਆਏ ਨਾ ਕੇ ਹੋਰ ਕੋਈ ਵੀ ਵਿਧੀ ਮੈਨੂੰ ਨਹੀਂ ਸੁੱਝ ਰਹੀ ਸੁਨਤ ਕੇਸਰੀ ਅਪਰ ਗੋਪਾਲ ਇਹ ਸੁਣ ਕੇ ਕੇਸਰੀ ਚੰਦ ਤੇ ਗੋਪਾਲ ਸਭਾ ਵਿੱਚ ਬੋਲੇ ਤਿਸ ਕਾਲ ਸਭਾ ਦੇ ਵਿੱਚ ਬੋਲੇ ਹਨ ਉਸ ਸਮੇਂ ਕਹਾ ਬਾਤ ਤੈ ਕਹੀ ਵਜ਼ੀਰ ਕਿਹਾ ਵੀ ਵਜ਼ੀਰਾ ਇਹ ਤੂੰ ਕਿਹੜੀ ਗੱਲ ਕਹੀ ਹਮ ਕੋ ਨਾਹੇ ਨਾ ਜਾਣਿਓ ਵੀਰ ਸੋ ਦੂਜੇ ਰਾਜੇ ਕਹਿੰਦੇ ਵੀ ਤੂੰ ਸਾਨੂੰ ਸੂਰਮਾ ਨਹੀਂ ਸਮਝਿਆ ਕਰ ਕਾਤੁਰ ਸਭ ਚਹਿਤ ਹਟਾਏ ਤੂੰ ਸਾਨੂੰ ਕਾਇਰ ਬਣਾ ਕੇ ਪਿੱਛੇ ਮੋੜਨਾ ਚਾਹੁੰਦਾ ਹੈ ਕਹਾਂ ਗੁਰੂ ਟਿਗ ਦੇਖਿਓ ਜਾਏ ਕੀ ਤੂੰ ਗੁਰੂ ਦੇ ਕੋਲ ਜਾ ਕੇ ਵੇਖ ਆਇਆ ਕੌਣ ਜਾਤ ਕੇ ਹੈ ਬਰਵੀਰ ਉਹਨਾਂ ਦੇ ਨਾਲ ਕਿਹੜੀ ਜਾਤ ਦੇ ਸੂਰਮੇ ਹਨ ਕਟਕ ਬਟੋਰ ਜੋ ਰਾਖਿਓ ਤੀਰ ਜੋ ਉਹਨਾਂ ਨੇ ਫੌਜ ਇਕੱਠੀ ਕਰਕੇ ਰੱਖੀ ਹੈ ਕੋਲ ਕੇਤਕ ਗਿਣਤੀ ਮੈਂ ਪੁਨ ਜਾਣੇ ਸੋ ਗਿਣਤੀ ਵਿੱਚ ਤੂੰ ਕਿੰਨੇ ਕੋ ਉਹਨਾਂ ਨੂੰ ਸਮਝਦਾ ਹੈ ਕੇਤਕ ਅਸਬਿਦ ਕੇਤਕ ਅਸ ਕਿਸ ਬਿਦ ਸਭ ਦਾਨੇ ਸੋ ਕਿੰਨੇ ਕੁ ਉਹਨਾਂ ਦੇ ਕੋਲ ਘੋੜੇ ਹਨ ਕਿੰਨੀ ਕੁ ਸਾਵਧਾਨੀ ਹੈ ਸੁਣ ਵਜ਼ੀਰ ਗਿਰਨਾਥ ਹੈ ਸਾਥ ਇਹ ਸੁਣ ਕੇ ਵਜ਼ੀਰ ਪਹਾੜੀ ਰਾਜਿਆਂ ਨੂੰ ਕਹਿਣ ਲੱਗਿਆ ਕਹਿਤ ਭਇਓ ਗੁਰਦਲ ਕੀ ਗਾਥ ਗੁਰੂ ਦੀ ਫੌਜ ਦੀ ਗੱਲ ਫਿਰ ਸੁਣਾਉਣ ਲੱਗਿਆ ਘਨੇ ਪਠਾਨ ਬਨੇ ਹਥਿਆਰ ਕਹਿਣ ਲੱਗਿਆ ਵੀ ਪਠਾਨ ਵੀ ਹਨ 500 ਤੋਂ ਵੱਧ ਪਠਾਣਾਂ ਦੀ ਗਿਣਤੀ ਵੀ ਉਹ ਸਾਰੇ ਸ਼ਸਤਰਧਾਰੀ ਹਨ ਸਭ ਤੇ ਉਰੇ ਭਰੇ ਬਲਤਾਰ ਜਿੱਧਰ ਆਪਾਂ ਜਾਣਾ ਹੈ ਪਹਿਲਾਂ ਮੁਕਾਬਲਾ ਪਠਾਣਾਂ ਦੇ ਨਾਲ ਹੀ ਹੋਏਗਾ ਬਾਨ ਸਰਾਸਨ ਧਾਰਨ ਹਾਰੇ ਸਾਰੇ ਹੀ ਸ਼ਸਤਰਧਾਰੀ ਹਨ ਧਨੁਖ ਤੀਰ ਰੱਖਣ ਵਾਲੇ ਖੜਗ ਤੁਪਕ ਯੁਤ ਭਿੜਨ ਕਰਾਰੇ ਤੇ ਸਾਰਿਆਂ ਦੇ ਕੋਲ ਬੰਦੂਕਾਂ ਵੀ ਤਲਵਾਰਾਂ ਹਨ ਭਿੜਨ ਦੇ ਵਾਸਤੇ ਦੇਸ਼ ਵਿਦੇਸੀ ਭਟ ਸਿੱਖ ਸੰਗਤ ਤੇ ਹੋਰ ਵੀ ਦੇਸ਼ ਵਿਦੇਸ਼ਾਂ ਦੇ ਜੋ ਸੂਰਮੇ ਹਨ ਉਹ ਸੰਗਤ ਰੂਪ ਦੇ ਵਿੱਚ ਆਏ ਹੋਏ ਹਨ ਥਲ ਥਲ ਥੀਰੇ ਭਿਖੀ ਬਹੁ ਪੰਗਤ ਥਾਂ ਥਾਂ ਤੇ ਮੈਂ ਬਹੁਤ ਸੈਂਕੜਿਆਂ ਦੀਆਂ ਪੰਗਤਾਂ ਵੇਖੀਆਂ ਬ੍ਰਿੰਦ ਉਦਾਸੀ ਵਿਚਰਤ ਹੇਰੇ ਫਿਰ ਉਦਾਸੀ ਸਾਧ ਵੀ ਬੜੇ ਵੇਖੇ ਉੱਥੇ ਆਏ ਕੜਾ ਹਾਂ ਸੋ ਪੁਸ਼ਟ ਬਡੇਰੇ ਜਿਹੜੇ ਕੜਾ ਖਾ ਕੇ ਚੰਗੇ ਮੋਟੇ ਹੋਏ ਹਨ ਰਿਤੇ ਅਚਾਂਬ ਪਇਓ ਦਲ ਚੂਬਾ ਓਏ ਤਾਂ ਫੌਜ ਵੇਖ
ਲੱਗੇ ਮੈਂ ਹੈਰਾਨ ਹੋ ਗਿਆ ਸੰਗਰਹਿ ਇਤੋ ਕਵਨ ਵਿਦ ਹੋਵਾ ਐਡੀ ਵੱਡੀ ਫੌਜ ਗੁਰੂ ਨੇ ਕਿਵੇਂ ਇਕੱਠੀ ਕਰ ਲਈ ਅਤ ਉਤਸਾਹ ਲੜਨ ਕੋ ਜਿਨ ਮੈਂ ਜਿਨ੍ਹਾਂ ਦੇ ਮਨ ਅੰਦਰ ਲੜਨ ਦਾ ਬੜਾ ਉਤਸਾਹ ਹੈ ਲਖੀਅਤ ਮਨੋ ਲਈ ਜੈਰਨ ਮੈਂ ਕਿਉਂ ਲੱਗਦਾ ਹੈ ਵੀ ਮਾਨੋ ਇਹ ਤਾਂ ਜੰਗ ਵਿੱਚ ਜਿੱਤ ਹੀ ਲੈਣਗੇ ਮੈਂ ਮਸਲਤ ਕਬ ਕਹੂੰ ਨਾ ਲੜਵੇ ਮੈਂ ਲੜਾਈ ਦੀ ਤੁਹਾਨੂੰ ਕਦੀ ਸਲਾਹ ਨਹੀਂ ਦਿਆਂਗਾ ਤੁਮ ਕਰੀਐ ਜਸ ਵਿਦ ਬੁੱਧ ਧਰਵੇ ਜਿਵੇਂ ਤੁਹਾਡੀ ਬੁੱਧੀ ਹੋਵੇ ਅੱਗੇ ਤੁਸੀਂ ਕਰੋ ਸੁਣ ਵਜ਼ੀਰ ਤੇ ਗੁਰ ਕੀ ਗਾਥਾ ਗੁਰੂ ਦੀ ਗੱਲ ਸੁਣ ਕੇ ਵਜ਼ੀਰ ਦੇ ਕੋਲੋਂ ਹਾਨੀ ਮੋਨ ਜਿਤਕ ਗਿਰਨਾਥਾ ਸਾਰੇ ਪਹਾੜੀ ਰਾਜੇ ਚੁੱਪ ਕਰ ਗਏ ਭੀਮ ਚਾਂਦ ਕੋ ਚਿੱਤ ਬੁਲੰਦਾ ਭੀਮ ਚੰਦ ਕੋ ਚਿੰਤ ਬਿਲੰਦਾ ਭੀਮ ਚੰਦ ਨੂੰ ਤਾਂ ਬਹੁਤ ਜ਼ਿਆਦਾ ਚਿੰਤਾ ਹੋਈ ਛੰਦ ਬੰਦ ਕੋ ਨਹੀਂ ਪੁਜੰਦਾ ਗੁਰੂ ਦੇ ਨਾਲ ਕਿਸੇ ਤਰ੍ਹਾਂ ਦਾ ਛੰਦ ਬੰਦ ਛਲ ਕਪਟ ਨਹੀਂ ਪੁੱਜ ਸਕਦਾ ਸੁਣ ਵਜ਼ੀਰ ਤੈਂ ਮੰਤਰ ਬਤਾਵਾ ਕਿਹਾ ਵਜ਼ੀਰ ਜਿਹੜੀ ਤੂੰ ਸਲਾਹ ਦੱਸੀ ਹੈ ਦੂਲੋਂ ਇਹ ਕਲ ਚਹਿ ਪਠਾਵਾ ਤੂੰ ਚਾਹੁੰਦਾ ਹੈ ਵੀ ਕੱਲੇ ਲਾੜੇ ਨੂੰ ਇਹ ਸਿੱਧੇ ਰਸਤੇ ਭੇਜ ਦੇਈਏ ਜੇ ਸਤਿਗੁਰ ਗਹਿ ਕਰ ਹੈ ਕੈਦ ਜੇ ਲਾੜੇ ਨੂੰ ਫੜ ਕੇ ਗੁਰੂ ਨੇ ਕੈਦ ਕਰ ਲਿਆ ਹੋਰ ਛੁਟਾਵਨ ਕਹਾ ਉਮੈਦ ਫਿਰ ਗੁਰੂ ਤੋਂ ਲਾੜੇ ਨੂੰ ਛਡਾਉਣ ਦੀ ਅਸੀਂ ਆਸ ਨਹੀਂ ਰੱਖ ਸਕਦੇ ਪ੍ਰੇ ਸੁਤ ਕੋ ਇਮ ਵਿਘਨ ਵਿਸਾਲਾ ਫਿਰ ਮੇਰੇ ਪੁੱਤਰ ਨੂੰ ਬੜਾ ਵਿਘਨ ਹੋਏਗਾ ਮੋਤੇ ਸਹਿਓ ਨਾ ਜਾਏ ਕਰਾਲਾ ਇਹ ਭਿਆਨਕ ਦੁੱਖ ਮੇਥੋਂ ਸਹਾਰਿਆ ਨਹੀਂ ਜਾਣਾ ਜਸ ਜਗ ਮੈਂ ਭਾਖ ਹੈ ਸਾਰੇ ਸਾਰੇ ਫਿਰ ਦੁਨੀਆਂ ਵਿੱਚ ਮੇਰੀ ਨਿੰਦਿਆ ਕਰਨਗੇ ਬੁੱਧ ਅਰ ਬਲ ਮੇਰੋ ਤਿਤਕਾਰੇ ਕਹਿਣਗੇ ਵੀ ਭੀਮ ਚੰਦ ਦੀ ਬੁੱਧੀ ਵੀ ਕੰਮ ਨਹੀਂ ਕਰਦੀ ਤੇ ਤਾਕਤ ਵੀ ਕਿਸੇ ਕੰਮ ਦੀ ਨਹੀਂ ਗੁਰ ਕੋ ਧਨ ਕੀ ਚਾਹੇ ਨਾ ਕੋਏ ਫਿਰ ਗੁਰੂ ਨੂੰ ਪੈਸੇ ਦੀ ਕੋਈ ਇੱਛਾ ਨਹੀਂ ਹੈ ਜਿਸ ਕੋ ਦੇ ਮੁਚਵਾਵੋ ਸੋਏ ਨਹੀਂ ਤਾਂ ਧਨ ਦੇ ਕੇ ਮੈਂ ਆਪਣੇ ਪੁੱਤਰ ਨੂੰ ਛੁਡਵਾ ਲਵਾਂਗਾ ਮਸਲਤ ਆਪ ਕਰੋ ਹਿਤ ਜਾਣੈ ਹੁਣ ਆਪ ਸਾਰੇ ਚੰਗੀ ਤਰ੍ਹਾਂ ਸਲਾਹ ਬਣਾ ਲਓ ਜਿਮ ਦੂਲ ਹੋ ਸ੍ਰੀ ਨਗਰ ਪਿਆਨਾ ਜਿਸ ਤਰ੍ਹਾਂ ਲਾੜਾ ਹੀ ਕੱਲਾ ਜੇ ਸ੍ਰੀ ਨਗਰ ਚਲਾ ਜਾਵੇ ਤੇ ਵਧੀਆ ਹੋਏਗਾ ਸੁਣ ਪ੍ਰਧਾਨ ਬਖਾਨੇ ਬੈਨ ਇਹ ਸੁਣ ਕੇ ਵਜ਼ੀਰ ਬੋਲਿਆ ਓ ਗਿਰਿੰਦਰ ਇਮ ਕੀ ਜੈ ਭੈਣ ਕਿਹਾ ਹੈ ਰਾਜਿਓ ਤੁਸੀਂ ਇਸ ਗੱਲ ਦਾ ਡਰ ਨਾ ਮੰਨੋ ਗੁਰੂ ਗੰਭੀਰ ਧੀਰ ਬਲਬੀਰ ਸੋ ਗੁਰੂ ਜੀ ਬਹੁਤ ਗੰਭੀਰ ਤੇ ਬੜੇ ਧੀਰਜ ਤੇ ਬਹੁਤ ਤਗੜੇ ਸੂਰਬੀਰ ਹਨ ਇਮਨ ਕਰ ਹੈ ਗਏ ਤੇ ਤੀਰ ਜੇ ਅਸੀਂ ਉਹਨਾਂ ਦੀ ਸਰਨ ਵਿੱਚ ਇਸ ਤਰ੍ਹਾਂ ਜਾਵਾਂਗੇ ਨਿਮਰਤਾ ਦੇ ਨਾਲ ਉਹ ਕੁਝ ਵੀ ਨਹੀਂ ਕਰਨਗੇ ਮਹਾ ਕਿਰਪਾਲ ਗਿਆਨ ਗੁਣਵੰਤ ਉਹ ਕਿਰਪਾਲੂ ਵੀ ਬੜੇ ਹਨ ਉਹ ਗਿਆਨ ਦੇ ਤਾਂ ਸਮੁੰਦਰ ਹਨ ਅਸਕਾਰ ਜਿਨਹਿ ਕਰ ਹੈ ਕਦੰਤ ਇਹੋ ਜਿਹਾ ਕੰਮ ਨਹੀਂ ਕਰਨਗੇ ਵੀ ਲਾੜੇ ਨੂੰ ਫੜ ਕੇ ਕੈਦ ਕਰ ਲੈਣ ਭਾਵੇਂ ਦੁਸ਼ਮਣ ਦਾ ਹੀ ਪੁੱਤਰ ਹੈ ਪਰ ਗੁਰੂ ਐਸਾ ਨਹੀਂ ਕਰਨਗੇ ਹੋਰ ਨਿਚਿੰਤ ਹੋਏ ਸੁਤ ਪਠ ਦੀ ਜੈ ਤੁਸੀਂ ਬੇਫਿਕਰ ਹੋ ਕੇ ਪੁੱਤਰ ਨੂੰ ਭੇਜ ਦਿਓ ਮਾਰਗ ਅਪਰ ਆਪ ਗਮਨੀ ਜੈ ਤੁਸੀਂ ਸਾਰੇ ਦੂਜੇ ਰਸਤੇ ਚੱਲੋ ਮਸਲਤ ਸਾਰ ਮਾਨ ਇਹ ਮੇਰੀ ਇਹ ਮੇਰੀ ਵਧੀਆ ਸਲਾਹ ਮੰਨ ਲਵੋ ਤੁਸੀਂ ਜਾਣ ਆਪਣੀ ਛੇਮ ਭਲੇਰੀ ਇਹਦੇ ਵਿੱਚ ਹੀ ਤੁਹਾਡਾ ਭਲਾ ਹੋਏਗਾ ਅਪਰ ਉਪਾਏ ਨਹੀਂ ਬਣ ਆਵੇ ਹੋਰ ਕੋਈ ਵੀ ਉਪਾਅ ਨਹੀਂ ਹੋ ਸਕਦਾ ਜਿਸ ਤੇ ਸ੍ਰੀ ਨਗਰ ਮਹਿ ਜਾਵੇ ਜਿਸ ਕਰਕੇ ਸ੍ਰੀ ਨਗਰ ਵਿੱਚ ਲਾੜਾ ਪਹੁੰਚ ਸਕੇ ਦੋਹਰਾ ਜਤਨ ਅਨੇਕ ਵਿਚਾਰ ਕੈ ਭੀਮ ਚੰਦ ਗਿਰ ਰਾਏ ਸੋ ਭੀਮ ਚੰਦ ਪਹਾੜੀ ਰਾਜਾ ਅਨੇਕਾਂ ਹੀ ਯਤਨ ਵਿਚਾਰਦਾ ਹੋਇਆ ਮਾਨਿਓ ਮੰਤਰ ਵਜ਼ੀਰ ਕੋ ਔਰ ਨਿਰਪਨ ਸਮੁਦਾਏ ਸੋ ਵਜ਼ੀਰ ਦੀ ਸਲਾਹ ਭੀਮ ਚੰਦ ਨੇ ਵੀ ਮੰਨ ਲਈ ਤੇ ਦੂਜੇ ਰਾਜਿਆਂ ਵੀ ਮੰਨ ਲਈ ਚੋਪਈ ਸੁਨੋ ਸੈਲ
सुनो सैल नाथन बच मेरे सो कह लग्या हे राजो मेरी गल सुनो ब्याह समय आयो अब नेरे हुन ब्याह दा समा नेड़े आ गया भीम चंद कहिंदा डर बे बिखै दिवस बहु लागै जे जंग कीता ते पता नहीं किन्ने दिन लग जान बिक दल बल को गुर नह भागै जिन्नी मर्जी साडी फौज होवे गुरु कदी पिछे नहीं हटेगा भीम जांग दोए दिसते पर ये पता है भी दोहां पासियां तो बड़ा भयानक जंग होएगा दोनों चमु सुपट बल तर सो साडे सूर में भी बलवान हन ते गुरु के सूर में भी बली हन हट न जाए लाज निर्बाह आपो अपनी लाज नभाउणगे कोई भी पिछे नहीं हटेगा हो जाने तब क्या होए जाहे पता नहीं जंग होएगा ते की हो जावे ब्याह काज पूरन अब करो हुन आपा ब्याह दा काम पूरा कर लवो हुन गुर संग लड़ो न टरो फिर आपा लड़ांगे ता जरूर गुरु जी दे नाल ਵਿਆਹ ਤੋਂ ਬਾਅਦ ਫਿਰ ਟਾਲਾ ਨਹੀਂ ਕਰਨਾ ਅਬ ਰਿਸ਼ਤਾ ਜਹੋ ਅਪਰ ਮਗ ਗਮ ਨ ਹੋ ਹੁਣ ਗੁੱਸਾ ਛੱਡ ਕੇ ਆਪਾਂ ਦੂਜੇ ਰਸਤਿਓਂ ਚੱਲੀਏ ਹੋਰ ਆਏ ਗੁਰ ਦਲ ਕੋ ਦਮ ਨ ਹੋ ਜਦੋਂ ਪੁੱਤਰ ਦਾ ਵਿਆਹ ਹੋ ਜਾਏਗਾ ਫਿਰ ਗੁਰੂ ਦੀ ਫੌਜ ਨੂੰ ਅਸੀਂ ਆ ਕੇ ਦਰੜ ਦਿਆਂਗੇ ਫਤਿਹ ਸਾਹ ਕੋ ਲੈ ਕਰ ਸੰਗ ਫਿਰ ਫਤਿਹ ਸਾਹ ਨੂੰ ਵੀ ਨਾਲ ਲੈ ਲਵਾਂਗੇ ਦੇਹੋ ਉਠਾ ਇਤ ਤੇ ਕਰ ਜੰਗ ਜੰਗ ਕਰਕੇ ਗੁਰੂ ਨੂੰ ਪੌਂਟਾ ਸਾਹਿਬ ਤੋਂ ਕੱਢ ਦਿਆਂਗੇ ਸਭਿਨ ਵਿਰੋਧੀ ਬਣੇ ਉਹ ਮਹਾਨ ਤੇ ਸਾਡੇ ਸਾਰੇ ਪਹਾੜੀ ਰਾਜਿਆਂ ਦੇ ਵਿਰੋਧੀ ਬਣ ਗਏ ਕੈਸੇ ਵਸਣ ਤੇ ਇਸ ਥਾਨ ਅਸੀਂ ਕਿਸੇ ਤਰ੍ਹਾਂ ਵੀ ਇਹਨਾਂ ਨੂੰ ਇੱਥੇ ਨਹੀਂ ਵਸਣ ਦਿਆਂਗੇ ਵਿਗਨ ਵਿਸਾਲ ਵਿਆਹ ਮਹਿ ਡਾਲਾ ਦੇਖੋ ਸਾਡੇ ਪੁੱਤਰ ਦੇ ਵਿਆਹ 'ਚ ਕਿੰਨਾ ਵਿਘਨ ਪਾਇਆ ਇਸ ਪਲਟੋਂ ਮੈਂ ਲਿਓ ਵਿਸਾਲਾ ਇਹਦਾ ਬਦਲਾ ਤਾਂ ਮੈਂ ਬਹੁਤ ਵੱਡਾ ਚੰਗੀ ਤਰ੍ਹਾਂ ਲਵਾਂਗਾ ਇਤਿਆਦਿਕ ਕਹਿ ਨਿਰਪ ਸਮਝਾਏ ਇਸ ਤੋਂ ਆਦਿ ਕਹਿ ਕੇ ਰਾਜਿਆਂ ਨੂੰ ਸਮਝਾਇਆ ਡਰਬੇ ਤੇ ਤਿਸ ਸਮੇਂ ਹਟਾਏ ਕਹਿੰਦਾ ਵੀ ਇਹ ਸਮਾਂ ਨਹੀਂ ਹੁਣ ਜੰਗ ਦਾ ਕਰਿਓ ਤਿਆਰ ਸੁਤ ਹੇ ਤਿ ਪਠਾਵਨ ਸੋ ਪੁੱਤਰ ਨੂੰ ਭੇਜਣ ਵਾਸਤੇ ਸਿੱਧਾ ਤਿਆਰ ਕਰ ਲਿਆ ਨਿਕਟ ਅਵਾਤ ਕੀ ਨ ਸਮਝਾਵਨ ਤੇ ਵਜ਼ੀਰ ਨੂੰ ਕਿਹਾ ਵੀ ਤੂੰ ਵੀ ਨਾਲ ਜਾ ਉਹਨੂੰ ਚੰਗੀ ਤਰ੍ਹਾਂ ਸਮਝਾਇਆ ਗਮਨੋ ਇਸੀ ਸੰਗ ਮਗ ਸੂਧੇ ਕਿਹਾ ਵੀ ਤੂੰ ਲਾੜੇ ਦੇ ਨਾਲ ਸਿੱਧੇ ਰਸਤੇ ਜਾ ਗੁਰੂ ਕਦਾਚਿਤ ਜੇ ਮਗ ਰੂਧੇ ਜੇ ਕਿਤੇ ਗੁਰੂ ਕੋਈ ਰਸਤਾ ਰੋਕੇ ਵੀ ਰਾਹ ਦੇ ਵਿੱਚ ਬਨ ਕੈ ਦੀਨ ਬਿਨੈ ਬਹੁ ਭਾਖੋ ਬਹੁਤ ਅਧੀਨਗੀ ਦੇ ਨਾਲ ਬੇਨਤੀਆਂ ਕਰੀ ਜਾਣੀਆਂ ਕਿਉ ਕਿਉ ਕਰ ਉਲੰਘਣ ਅਬ ਲਾਖੋ ਜਿਵੇਂ ਕਿਵੇਂ ਵੀ ਕਰਕੇ ਰਸਤਾ ਆਪਾਂ ਲੰਘਣਾ ਹੈ ਕਰ ਬੰਧਨ ਬੰਧਨ ਪਗਠਾਨ ਹੋ ਬਾਰ ਬਾਰ ਭਾਵੇਂ ਉਹਨਾਂ ਦੇ ਪੈਰਾਂ ਤੇ ਮੱਥਾ ਟੇਕਣਾ ਪਵੇ ਟੇਕੀ ਜਾਣਾ ਹਮ ਦਿਸਤੇ ਬਹੁ ਅਰਜ ਬਖਾਨ ਹੋ ਤੇ ਮੇਰੇ ਵੱਲੋਂ ਵੀ ਪੂਰੀ ਬੇਨਤੀ ਕਰੀ ਜਾਣੀ ਨਹਿ ਮਗ ਦੀਓ ਨ ਆਇਓ ਰਾਜਾ ਕਹਿਣਾ ਵੀ ਦੇਖੋ ਆਪਨੇ ਰਾਹ ਨਹੀਂ ਦਿੱਤਾ ਤੇ ਸਾਡਾ ਰਾਜਾ ਨਹੀਂ ਆਇਆ ਸਕਲ ਸਹਾਰਿਓ ਬਣਿਓ ਕੁਕਾਜਾ ਇੰਨਾ ਵੱਡਾ ਉਹਦਾ ਕੰਮ ਵਿਗੜਿਆ ਫਿਰ ਵੀ ਉਹਨੇ ਸਾਰਾ ਸਹਾਰ ਲਿਆ ਤੁਮ ਸੰਗ ਲੜਿਓ ਨਾ ਚਾਹਤ ਸੋਈ ਉਹ ਤੁਹਾਡੇ ਨਾਲ ਸਾਡਾ ਰਾਜਾ ਭੀਮ ਚੰਦ ਨਹੀਂ ਲੜਨਾ ਚਾਹੁੰਦਾ ਥਾਨੀ ਨਮੋ ਬੰਦ ਕਰ ਦੋਈ ਇਸ ਕਰਕੇ ਉਹ ਹੱਥ ਜੋੜ ਕੇ ਤੁਹਾਨੂੰ ਨਮਸਕਾਰਾਂ ਹੀ ਕਰਦਾ ਹੈ ਕਹਿ ਸੁਤ ਕੋ ਚੰਪਾਨ ਚੜਾਵਾ ਇਸ ਤਰ੍ਹਾਂ ਕਹਿ ਕੇ ਪੁੱਤਰ ਨੂੰ ਡੋਲੇ ਤੇ ਚੜਾ ਦਿੱਤਾ ਵਿਦਾ ਹੋਲ ਜੁਤ ਪੰਥ ਪਠਾਵਾ ਇਸ ਤਰ੍ਹਾਂ ਫਿਰ ਸਿੱਧਾ ਰਸਤਾ ਜਿਹੜਾ ਸੀ ਉਧਰ ਭੇਜਿਆ ਪਰ ਅੰਦਰ ਬੜਾ ਹੌਲ ਉੱਠਿਆ ਇੱਕ ਦੋ ਦਾਸਿਕ ਸੰਗ ਵਜ਼ੀਰ ਇੱਕ ਦੋ ਸੇਵਕ ਹੋਰ ਵੀ ਤੇ ਵਜ਼ੀਰ ਵੀ ਨਾਲ ਗਮਨੇ ਜਬ ਨਿਰਪ ਹੋਤ ਅਧੀਰ ਇਸ ਤਰ੍ਹਾਂ ਫਿਰ ਜਦੋਂ ਚੱਲੇ ਤੇ ਰਾਜਾ ਬੜਾ
ਪੈਪੀਤ ਅੰਦਰੋਂ ਬੜਾ ਡਰਿਆ ਹੋਇਆ ਹੈ ਸਨੇ ਸਨੇ ਸਨ ਮੁਖ ਜਬ ਗਏ ਹੌਲੀ ਹੌਲੀ ਜਦੋਂ ਸਾਹਮਣੇ ਗਏ ਗੁਰਦਲ ਕੇ ਸਮੀਪ ਜਬ ਪਏ ਗੁਰੂ ਕੀ ਫੌਜ ਦੇ ਨੇੜੇ ਜਦੋਂ ਪਹੁੰਚ ਗਏ ਦੇਖਤ ਜਾਣਿਓ ਰਿਪ ਦਲ ਆਇਓ ਸੋ ਗੁਰੂ ਕੀ ਫੌਜ ਨੇ ਜਾਣਿਆ ਵੀ ਦੁਸ਼ਮਣ ਆ ਗਿਆ ਚੜੇ ਤੁਰੰਗਨ ਉਰ ਉਮ ਗਾਇਓ ਤੁਰੰਤ ਹੀ ਸੂਰਮੇ ਘੋੜਿਆਂ ਤੇ ਅਸਵਾਰ ਹੋਏ ਪਿਆਰ ਤੁਫੰਗ ਗਨ ਕਰਤ ਤਵਾਏ ਤੁਰੰਤ ਹੀ ਬੰਦੂਕਾਂ ਤਿਆਰ ਕਰਕੇ ਦੌੜ ਕੇ ਗਏ ਭੀਮ ਚੰਦ ਨੰਦਨ ਪਿਖ ਜਾਏ ਜਿੱਥੇ ਭੀਮ ਚੰਦ ਦਾ ਪੁੱਤਰ ਸੀ ਵੇਖਿਆ ਬਿਨਾ ਵਾਹਨੀ ਕੇ ਚਲ ਆਇਓ ਕੇ ਬਿਨਾ ਫੌਜ ਤੋਂ ਆ ਰਿਹਾ ਸੀ ਘੇਰ ਲਿਓ ਨਿਜ ਅਗਰ ਚਲਾਇਓ ਗੁਰੂ ਕੇ ਸੂਰਮਿਆਂ ਨੇ ਘੇਰ ਕੇ ਅੱਗੇ ਲਾ ਲਿਆ ਸਹਿਤ ਵਜ਼ੀਰ ਤਹਾਂ ਪਹੁੰਚਾਏ ਵਜ਼ੀਰ ਦੇ ਸਮੇਤ ਸਿੱਧਾ ਗੁਰੂ ਜੀ ਕੋਲ ਲੈ ਆਏ ਜਹਾਂ ਸਤਿਗੁਰ ਕੋ ਪੋਰ ਸੁਹਾਏ ਜਿੱਥੇ ਸਤਿਗੁਰੂ ਮਹਾਰਾਜ ਜੀ ਬਿਰਾਜਮਾਨ ਸਨ ਦੁਆਰਪਾਲ ਸੁਤ ਜਾਏ ਸੁਣਾਈ ਦੁਆਰਪਾਲ ਨੇ ਜਾ ਕੇ ਖਬਰ ਸੁਣਾਈ ਨਿਰਭ ਸੁਤ ਕੋ ਸੈਨਾ ਗਹਿ ਲਿਆਈ ਮਹਾਰਾਜ ਭੀਮ ਚੰਦ ਦੇ ਪੁੱਤਰ ਲਾੜੇ ਨੂੰ ਆਪਣੀ ਫੌਜ ਪਕੜ ਕੇ ਲੈ ਆਈ ਹੈ ਅਗਲੀ ਵਿਚਾਰ ਕੱਲ ਦੇ ਪ੍ਰਕਰਨ ਅੰਦਰ ਸਮਾਂ ਹੋ ਗਿਆ ਆਓ ਇੱਕ ਮਿੰਟ ਸਿਮਰਨ ਦੀ ਹਾਜ਼ਰੀ ਲਾ ਕੇ ਸਮਾਪਤੀ ਕਰੀਏ ਸਾਰਿਆਂ ਨੇ ਮਿਲ ਕੇ ਬੋਲਣਾ ਕੋਈ ਵੀ ਰਸਨਾ ਖਾਲੀ ਨਾ ਰਹੇ ਵਾਹਿਗੁਰੂ ਕਸ਼ਨਾ ਕਹੈ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਸਹਿਤ ਵਜ਼ੀਰ ਤਹਾਂ ਪਹੁੰਚਾਏ ਜੈ ਸਤਿਗੁਰ ਕੋ ਪਰਸ